ਸ੍ਰੀਕਾਲ ਮਿੱਤਰੋ, ਕੀ ਹਾਲ ਚਾਲ ਹੈ? ਕਰਦੇ ਹਾਂ ਨਵੇਂ ਵੀਡੀਓ ਦੀ ਸ਼ੁਰੂਆਤ। ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਆ, ਉਹਦੇ ਵਿੱਚ ਆਪਾਂ ਇੱਕ ਠੰਡ 'ਚ ਬਚਣ ਵਾਸਤੇ ਕੋਈ ਚੀਜ਼ ਮੰਗਾਈ ਆ, ਅਤੇ ਉਹ ਚੀਜ਼ ਆ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰੂੰਗਾ। ਅਤੇ ਉਹ ਚੀਜ਼ ਬਹੁਤ ਜ਼ਿਆਦਾ ਘੈਂਟ ਆ ਅਤੇ ਬਹੁਤ ਜ਼ਿਆਦਾ ਯੂਸਫੁੱਲ ਆ। ਅਤੇ ਜਿਹੜੇ ਵੀ ਭਰਾ ਕੋਈ ਮੋਟਰਸਾਈਕਲ 'ਤੇ ਜਾਂਦਾ ਜਾਂ ਕਿਵੇਂ ਜਾਂਦਾ, ਹੈ ਨਾ, ਤਾਂ ਉਹਨੂੰ ਠੰਡ ਦੇ ਵਿੱਚ ਵੇਅਰ ਕਰ ਸਕਦਾ। ਕੋਸਟ ਵੀ ਬਹੁਤ ਸਸਤੀ ਆ ਅਤੇ ਚੀਜ਼ ਬਹੁਤ ਘੈਂਟ ਆ, ਅਤੇ ਮੈਂ ਤੁਹਾਨੂੰ ਉਹ ਚੀਜ਼ ਦਿਖਾਊਂਗਾ। ਅਤੇ ਮਿਲਦੇ ਹਾਂ ਫਿਰ ਰੁਕ ਕੇ। ਅਤੇ ਜਿਹੜੀ ਚੀਜ਼ ਮੰਗਾਈ ਆ ਉਹ ਆਪਣੀ ਆ ਗਈ ਆ, ਮੁੰਡਾ ਕੋਰੀਅਰ ਦੇਣ। ਅਤੇ ਹੁਣ ਆਪਾਂ ਕੋਰੀਅਰ ਲੈਣ ਚੱਲਦੇ ਹਾਂ। ਭਰਾ ਆਪਣਾ ਥੱਲੇ ਆਇਆ ਹੋਇਆ। ਹਾਂਜੀ ਬਾਈ ਜੀ, ਕੋਰੀਅਰ ਆਇਆ ਸੀ। ਹਾਂ ਹਾਂ, ਦੇ ਦਿਓ 200 ਰੁਪਏ। ਫੜਿਓ। ਓਕੇ ਬ੍ਰਦਰ, ਕਿਹੜਾ ਆਹ? ਹਾਂਜੀ, ਆਹ ਚੀਜ਼ ਹੈ ਨਾ? ਹਾਂ ਆਹੀ। ਤਾਂ ਕੋਰੀਅਰ ਆਪਣਾ ਆ ਗਿਆ, ਤਾਂ ਹੁਣ ਇਹਨੂੰ ਆਪਾਂ ਖੋਲ ਕੇ ਵੇਖਦੇ ਹਾਂ। ਬੜੀ ਘੈਂਟ ਚੀਜ਼ ਆ, ਸਾਰਿਆਂ ਵਾਸਤੇ ਯੂਜ਼ਫੁੱਲ ਹੈਗੀ ਇਹ ਚੀਜ਼। ਅਤੇ ਤੁਸੀਂ ਵੀ ਠੰਡ ਦੇ ਵਿੱਚ ਜਿਹੜੀ ਇਹ ਚੀਜ਼ ਯੂਜ਼ ਕਰ ਸਕਦੇ ਹੋ, ਹੈ ਨਾ। ਅਤੇ ਮੈਂ ਮੰਗਾਈ ਹੈ ਮੰਮੀ ਵਾਸਤੇ, ਅਤੇ ਹੁਣ ਆਪਾਂ ਇਹਦੀ ਅਨਬੋਕਸਿੰਗ ਕਰਦੇ ਹਾਂ। ਸਭ ਤੋਂ ਪਹਿਲਾਂ ਬਿੱਲ ਆ ਗਿਆ, ਬਾਅਦ ਆ ਗਈ ਆਪਣੀ ਚੀਜ਼ ਜਿਹੜੀ ਕਿ ਆਪਾਂ ਮੰਗਾਈ ਹੈ ਮੰਮੀ ਵਾਸਤੇ। ਤਾਂ ਦੋਸਤੋ ਆਹ ਚੀਜ਼ ਆ, ਆਹ ਵੇਖੋ, ਇਹ ਨਾ ਫੇਸ ਮਾਸਕ ਆ, ਮੈਂ ਤੁਹਾਨੂੰ ਲੈ ਕੇ ਵਿਖਾਉਣਾ। ਬੜੀ ਘੈਂਟ ਚੀਜ਼ ਆ, ਇਹ ਇੱਦਾਂ ਯੂਜ਼ ਹੋ ਜਾਂਦੀ ਆ। ਅਤੇ ਤੁਸੀਂ ਆਹ ਵੇਖੋ, ਅੱਖਾਂ ਦੇ ਉੱਤੋਂ ਐ ਕਰਕੇ ਹੋ ਜਾਂਦਾ, ਹੈ ਨਾ। ਅਤੇ ਠੰਡ ਦੇ ਵਿੱਚ ਸਾਹ ਲੈਣ ਨੂੰ ਇਹਦੇ ਵਿੱਚੋਂ ਹਵਾ ਵਧੀਆ ਕਰੋਸ ਹੁੰਦੀ ਹੈ, ਅਤੇ ਤੁਸੀਂ ਇਹਦੇ 'ਚ ਹਵਾ ਕਰੋਸ ਕਰ ਸਕਦੇ ਹੋ। ਜਿਹੜੀ ਆਹ ਚੀਜ਼ ਹੈ ਇਹ ਗਲੇ ਤੱਕ ਪੂਰੀ ਆ ਜਾਂਦੀ ਹੈ, ਅਤੇ ਕੰਨ ਵੀ ਕਵਰ ਹੋ ਜਾਂਦੇ ਆ, ਅਤੇ ਮੱਥਾ ਵੀ ਕਵਰ ਹੋ ਜਾਂਦਾ। ਅਤੇ ਬੜੀ ਘੈਂਟ ਚੀਜ਼ ਆ, ਅਤੇ ਤੁਸੀਂ ਵੀ ਇਹਨੂੰ ਮੰਗਾ ਸਕਦੇ ਹੋ। ਤਾਂ ਜਿਹੜੀ ਚੀਜ਼ ਮੰਮੀ ਵਾਸਤੇ ਲਿਆਉਂਦੀ ਸੀ ਆਪਾਂ ਮੰਮੀ ਨੂੰ ਦਿੰਦੇ ਹਾਂ, ਅਤੇ ਰਿਐਕਸ਼ਨ ਵੇਖਦੇ ਹਾਂ ਕਿਵੇਂ ਆ ਮਾਤਾ ਦੇ। ਲੈ ਮਾਤਾ ਤੇਰਾ ਕੀ ਦੇਖਿਆ ਚੀਜ਼? ਘੈਂਟ, ਲੈ ਕੇ ਵੇਖ, ਬਹੁਤ ਹੀ ਜ਼ਿਆਦਾ ਸੋਹਣੀ ਆ। ਗਰਮ ਕੱਪੜੇ ਚ ਲੈ ਕੇ ਵੇਖ। ਲੈ ਕੇ ਤਾਂ ਵੇਖ ਸਿਰ ਤੇ, ਲੈ ਕੇ ਵੇਖ ਮਾਤੇ। ਘੈਂਟ ਆ, ਕਿੰਨਾ ਘੈਂਟ ਆ? ਪੂਰਾ ਲਏਂਗੀ ਕਿ ਨਹੀਂ ਲੈ? ਚੱਲ ਤਾਂ ਮਾਤਾ ਹੋ ਗਈ ਆਪਣੀ ਖੁਸ਼, ਬੜੀ ਘੈਂਟ ਚੀਜ਼ ਆ। ਬਹੁਤ ਖੁਸ਼, ਬਹੁਤ ਖੁਸ਼, ਬਹੁਤ ਖੁਸ਼। ਤੇਰੀ ਮਾਤਾ ਆਪਣੀ ਖੁਸ਼ ਆ, ਤੇ ਹੁਣ ਲੈ ਕੇ ਜਾਇਆ ਕਰੂਗੀ, ਕਿਉਂਕਿ ਬਾਹਰ ਠੰਡ ਬਹੁਤ ਆ। ਜੇ ਤੁਸੀਂ ਵੀ ਇਹ ਚੀਜ਼ ਮੰਗਵਾਉਣੀ ਹੈ ਤਾਂ ਸਨੈਪਡੀਲ ਤੋਂ ਮੰਗਵਾ ਸਕਦੇ ਹੋ, ਬਹੁਤ ਘੈਂਟ ਚੀਜ਼ ਆ। ਤੇ
अलविदा। जे तुहानू मेरी वीडियो वधिया लगी तो लाइक शेयर कमेंट जरूर करो। जे किसी के माँ प्यो या भरा कोई जाता ड्यूटी से जो भैन जाता उन्होंने आह वाली चीज़ जरूर मंगवा के दौ, क्योंकि ठंड बहुत ज़्यादा वा, तो बंदे का ना सारी चीज़ हो जाती है, मतलब जाम हो जाती इन्नी क ज़्यादा ठंड आ। ओके बाय बाय।